ਭਾਈ ਮਨਜੀਤ ਸਿੰਘ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਜੋ ਅੱਜ ਦੀ ਐਨਾਲਿਸਿਸ ਹੈ ਤੁਹਾਡੇ ਸਾਹਮਣੇ ਰੱਖੀ। ਮੈਂ ਬਹੁਤਾ ਅੱਜ ਦੇ ਬਾਰੇ ਗੱਲ ਨਹੀਂ ਕਰਨੀ, ਲੇਕਿਨ ਇਹ ਫਿਨੋਮਨਾ ਕਿੱਥੋਂ ਆਇਆ, ਕਿਉਂ ਆਇਆ, ਕਿਵੇਂ ਮਿਟਦਾ ਹੈ, ਇਸ ਦੇ ਬਾਰੇ ਇਸ਼ਾਰਾ ਇਹ ਵੀ ਕਰ ਚੁੱਕੇ ਹਨ ਅਤੇ ਇਸ ਦੇ ਬਾਰੇ ਮੈਂ ਬਹੁਤੀ ਗੱਲ ਤੁਹਾਡੇ ਨਾਲ ਕਰਨੀ ਹੈ। ਥੋੜ੍ਹੀ ਜਿਹੀਆਂ ਗੱਲਾਂ ਇਹ ਸਿਰਫ ਪੰਜਾਬ ਦੇ ਵਰਤਾਰੇ ਨਾਲੋਂ ਜਾਂ ਪੰਜਾਬੀਆਂ ਦੇ ਮੌਜੂਦਾ ਵਰਤਾਰੇ ਨਾਲੋਂ ਹੋਰ ਡੂੰਘੀਆਂ ਹਨਗੀਆਂ। ਤੁਹਾਡੇ ਵਿੱਚ ਐਗਰੈਸ਼ਨ ਹੋਣਾ ਕੁਦਰਤੀ ਹੈ, ਕਿਉਂਕਿ 327 BC ਤੋਂ ਤਾਂ ਅਸੀਂ ਇਹਨਾਂ ਦੇ ਜੋ ਮਾਡਰਨ ਜ਼ਮਾਨਾ ਸ਼ੁਰੂ ਹੋ ਜਾਂਦਾ ਸਾਡੇ ਲੋਕਾਂ ਦੇ ਨਾਲ ਲੜਨ ਦਾ, ਜਦੋਂ ਐਲੈਗਜ਼ੈਂਡਰ ਇੱਥੇ ਆ ਕੇ ਪੋਰਸ ਦੇ ਨਾਲ ਯੁੱਧ ਕਰਦਾ। ਇਹ ਸ਼ਾਹਰਾਹ ਬਣਿਆ ਹੋਇਆ ਸੀਗਾ, ਇੱਥੇ ਕਈ ਕੌਮਾਂ ਆਈਆਂ, ਸ਼ਾਕਾ, ਹੂਨ, ਫਲਾਨ, ਔਰ ਇਹ ਸਿੱਖ ਰਾਜ ਦੇ ਸਮੇਂ ਤੱਕ ਬੇਖੌਫ ਇੱਧਰ ਨੂੰ ਵੱਧਦੀਆਂ ਰਹੀਆਂ ਔਰ ਲੁੱਟਦੀਆਂ ਰਹੀਆਂ, ਮਾਰਦੀਆਂ ਰਹੀਆਂ। ਇਹਨਾਂ ਨੂੰ ਰੋਕਣ ਦਾ ਜੇ ਕੋਈ ਤਹੱਈਆ ਕੀਤਾ ਤਾਂ ਸਿਰਫ ਖਾਲਸੇ ਨੇ ਕੀਤਾ, ਔਰ ਇਹ ਕਿਉਂ ਸੰਭਵ ਹੋਇਆ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਇਹ ਸਾਰੀ ਮਸ਼ਕ ਸੀ, ਲੋਕ ਇੱਥੋਂ ਦੇ ਉੱਠਦੇ ਸੀ, ਦੁਸ਼ਮਣ ਦੇ ਵਿਰੁੱਧ ਲੜਦੇ ਸੀ। ਜੇ ਪੋਰਸ ਦੀ ਲੜਾਈ ਦਾ ਜ਼ਿਕਰ ਕੀਤਾ ਜਾਏ ਤਾਂ ਉਸਨੇ ਬੜਾ ਢੁਕਵਾਂ ਜਵਾਬ ਐਲੈਗਜ਼ੈਂਡਰ ਦਾ ਦਿੱਤਾ ਸੀ, ਲੇਕਿਨ ਕਿਉਂਕਿ ਇਤਿਹਾਸਕਾਰ ਉਹਨਾਂ ਦੇ ਸਨ ਲਿਖਣ ਵਾਲੇ, ਸ਼ੇਰ ਨੇ ਤਸਵੀਰ ਦੇਖੀ, ਇੱਕ ਬੰਦਾ ਬੰਦੂਕ ਲੈ ਕੇ ਸ਼ੇਰ ਦੇ ਉੱਤੇ ਪੈਰ ਰੱਖ ਕੇ ਖੜ੍ਹਾ ਹੈ, ਅਤੇ ਉਹਦਾ ਸਾਥੀ ਕਹਿਣ ਲੱਗਿਆ ਕਿ ਇਹ ਕੀ ਹੈ। ਉਹ ਕਹਿੰਦਾ ਬੰਦਿਆਂ ਨੇ ਬਣਾਈ ਹੈ, ਜੇ ਕਿਤੇ ਸ਼ੇਰ ਬਣਾਉਂਦਾ ਤਾਂ ਬੰਦਾ ਥੱਲੇ ਹੋਣਾ ਸੀ ਅਤੇ ਫਿਰ ਇਹ ਸ਼ੇਰ ਉੱਤੇ ਖੜ੍ਹਾ ਹੋਣਾ ਸੀ। ਸੋ ਉਹਨਾਂ ਨੇ ਆਪਣੀ ਵਰਜ਼ਨ ਇਤਿਹਾਸ ਦੇ ਵਿੱਚ ਪ੍ਰਚਲਿਤ ਕਰਤੀ, ਸਾਡੀ ਵਰਜ਼ਨ ਰਹਿ ਗਈ। ਲੇਕਿਨ ਅਸੀਂ ਸਿਰਫ ਕਹਿਣ ਦੀ ਗੱਲ ਇਹ ਹੈ ਕਿ ਅਸੀਂ ਹਰ ਐਗਰੈਸ਼ਨ ਦਾ ਜੋ ਬਾਹਰਲਾ ਸਾਡੇ ਉੱਤੇ ਹਮਲਾਵਰ ਹੋ ਕੇ ਆਇਆ ਢੁਕਵਾਂ ਜਵਾਬ ਦਿੱਤਾ, ਔਰ ਇਸ ਜਵਾਬ ਦੇ ਵਿੱਚ ਅਸੀਂ ਵੀ ਆਪਣੇ ਆਪ ਉਹਨਾਂ ਦੇ ਬਰਾਬਰ ਦੇ ਐਗਰੈਸਿਵ ਹੁੰਦੇ ਗਏ, ਔਰ ਜੋ ਇਹ ਐਗਰੈਸ਼ਨ ਦੇ ਬਾਰੇ ਡਿਸਕੋਰਸ ਹੋਇਆ ਉਹਦੇ ਨਾਲ ਮੈਂ ਸਹਿਮਤ ਹਾਂ। ਹੁਣ ਮੈਂ ਥੋੜ੍ਹੀਆਂ ਗੱਲਾਂ ਅੱਜ ਦੇ ਜ਼ਮਾਨੇ ਦੀਆਂ ਕਰਨੀਆਂ ਨੇ। ਅੱਜ 15 ਫਰਵਰੀ ਦੀ ਗੱਲ ਹੈ, ਇੰਡੀਆਨਾ ਸੈਨੇਟ ਦੇ ਵਿੱਚ, ਇੰਡੀਆਨਾ ਇੱਕ ਸਟੇਟ ਹੈ USA ਦਾ, ਉਸ ਦੀ ਸੈਨੇਟ ਦੇ ਵਿੱਚ ਇੱਕ 27 ਨੰਬਰ ਮਤਾ ਪਾਸ ਹੋਇਆ 15 ਫਰਵਰੀ ਨੂੰ। ਉਸ ਮਤੇ ਦੇ ਵਿੱਚ ਉਹ ਕੀ ਕਹਿੰਦੇ ਹਨ, ਉੱਥੇ ਉਸ ਸਟੇਟ ਦੇ ਵਿੱਚ ਕੋਈ 10,000 ਸਿੱਖ ਰਹਿੰਦੇ ਨੇ, ਔਰ 3500 ਉਹਨਾਂ ਦੇ ਕੋਈ ਥੋੜ੍ਹੇ ਬਹੁਤ ਬਿਜ਼ਨਸ ਇਸਟੈਬਲਿਸ਼ਮੈਂਟ ਸਨਗੀਆਂ। ਉਸ ਦੇ ਬਾਰੇ ਉਹਨਾਂ ਨੇ ਸੈਨੇਟ ਦੇ ਜਿਸ ਵੇਲੇ ਇਨੋਗਰੇਸ਼ਨ ਹੋਇਆ, ਫਸਟ ਸੈਸ਼ਨ ਹੋਇਆ, ਤਾਂ ਉਹਨਾਂ ਨੇ ਉੱਥੋਂ ਦੇ ਇੱਕ ਗੁਰਿੰਦਰ ਸਿੰਘ ਨੂੰ ਅਰਦਾਸ ਕਰਨ ਵਾਸਤੇ ਬੁਲਾਇਆ, ਪ੍ਰਸ਼ਾਦ ਵਰਤਾਇਆ ਗਿਆ, ਔਰ ਉਸ ਤੋਂ ਬਾਅਦ ਉਹ ਕਹਿੰਦਾ ਹੈ ਇਸ ਸੈਨੇਟ ਦੇ ਵਿੱਚ ਜਿਹੜਾ ਮਤਾ ਪਾਸ ਹੋਇਆ ਉਸ ਦੇ ਕੁਛ ਲਫ਼ਜ਼ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਨੇ। ਉਹ ਕਹਿੰਦੇ ਨੇ ਕਿ ਸਿਗਨੀਫਿਕੈਂਟ ਕੰਟਰੀਬਿਊਸ਼ਨ ਦੈਟ ਸਿੱਖਿਜ਼ਮ ਹੈਜ਼ ਮੇਡ, ਸਿਰਫ ਸਿੱਖਾਂ ਦੀ ਗੱਲ ਨਹੀਂ ਕਰਦੇ, ਅਕਰੋਸ ਦਾ ਯੂਨਾਈਟਿਡ ਸਟੇਟਸ ਐਂਡ ਦਾ ਸਟੇਟਸ ਆਫ ਇੰਡੀਆਨਾ, ਇਸ ਵਾਸਤੇ ਅਸੀਂ ਇਹ ਮਾਣ ਇਸ ਆਦਮੀ ਨੂੰ ਦੇ ਰਹੇ ਹਾਂ। ਸਿੱਖੀ ਪ੍ਰੀਚਿਜ਼ ਆ ਮੈਸੇਜ ਆਫ ਡਿਵੋਸ਼ਨ, ਟਰੂਥਫੁੱਲ ਲਿਵਿੰਗ, ਇਕੁਐਲਿਟੀ ਆਫ ਮੈਨਕਾਈਂਡ ਐਂਡ ਸੋਸ਼ਲ ਜਸਟਿਸ, ਇਹ ਉਹ ਕਹਿ ਰਹੇ ਹੈ। ਜੇ ਅਸੀਂ ਪਿਛਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਸਾਰੇ ਸਟੇਟਮੈਂਟਸ, ਮੇਰੇ ਕੋਲ ਥਰੀਸਾ ਦਾ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦਾ, ਇਤਿਹਾਦ, ਇਹ ਲੋਕ ਕੀ ਕਹਿ ਰਹੇ ਹੈ, ਇਹ ਕਹਿ ਰਹੇ ਹੈ ਕਿ ਜਿਹੜੇ ਸਿੱਖੀ ਦੇ ਅਸੂਲ ਹਨ, ਜਿਹੜੇ ਇਹਨਾਂ ਦੀ ਧਰਮ ਦੀ ਬੇਸਿਸ ਹਨ, ਉਹ ਸਾਡੇ ਸੰਵਿਧਾਨ ਦਾ ਹਿੱਸਾ ਹੈ, ਉਹ ਮਨੁੱਖੀ ਜੀਵਨ ਦਾ ਇੱਕ ਅਹਿਮ ਪਹਿਲੂ ਹੈ, ਔਰ ਇਹ ਜਿਹੜੇ ਅਸੂਲ ਹਨ ਇਹਨਾਂ ਦੇ ਉੱਤੇ ਮਨੁੱਖਤਾ ਖੜ੍ਹੇ ਹੋ ਕੇ ਤਰੱਕੀ ਕਰ ਸਕਦੀ ਹੈ, ਇਹਨਾਂ ਦੇ ਨਾਲ ਪ੍ਰੋਗਰੈਸ ਹੋ ਸਕਦਾ ਹੈ,
ਔਰ ਇਹ ਸਾਡੇ ਨਾਲ ਮਿਲਦੇ ਜੁਲਦੇ ਨੇ। ਹੁਣ ਜੇ ਅਸੀਂ ਡੈਮੋਕ੍ਰੇਸੀ ਵੱਲ ਦੇਖੀਏ, ਡੈਮੋਕ੍ਰੇਸੀ ਕੀ ਹੁੰਦੀ ਹੈ ਤਾਂ ਅਮੈਰੀਕਨ ਨੇ ਇੱਕ ਵਾਰੀ ਛਾਪਿਆ ਸੀ, ਹਰਬਰਟ ਸਪੈਂਸਰ ਨੇ ਅਮੈਰੀਕਨ ਦੇ ਵਿੱਚ ਛਾਪਿਆ ਸੀ, ਦ ਡੈਮੋਕ੍ਰੈਟਿਕ ਫਾਰਮ ਆਫ ਗਵਰਨਮੈਂਟ ਇਜ਼ ਦ ਹਾਇਸਟ ਫਾਰਮ ਆਫ ਗਵਰਨਮੈਂਟ। ਹਾਲਾਂਕਿ ਇਹ ਸ਼ਾਇਦ ਠੀਕ ਨਹੀਂ, ਇਸ ਤੋਂ ਉੱਚਾ ਤਸੱਵਰ ਇੱਕ ਗੁਰੂ ਨਾਨਕ ਦਾ ਹੈ, ਲੇਕਿਨ ਜੋ ਪ੍ਰਚਲਿਤ ਹੈ ਇਹ ਗੱਲ ਠੀਕ ਹੈ। ਬਟ ਬਿਕੋਜ਼ ਆਫ ਦਿਸ ਇਟ ਰਿਕੁਆਇਰਸ ਦ ਹਾਇਸਟ ਟਾਈਪ ਆਫ ਹਿਊਮਨ ਨੇਚਰ। ਜਿਨ੍ਹਾਂ ਨੇ ਡੈਮੋਕ੍ਰੇਸੀ ਨੂੰ ਰਨ ਕਰਨਾ ਹੁੰਦਾ ਹੈ ਉਹ ਇੱਕ ਬਹੁਤ ਉੱਚੇ ਪਾਏ ਦੇ ਲੋਕ ਹੋਣੇ ਚਾਹੀਦੇ ਨੇ। ਉਹਨਾਂ ਦਾ ਸੁਭਾਅ, ਉਹਨਾਂ ਦਾ ਕਲਚਰਲ ਬੈਕਗਰਾਊਂਡ, ਉਹਨਾਂ ਦਾ ਨਿਸ਼ਾਨਾ ਲੋਕ ਪੱਖੀ ਇਤਿਆਦ ਹੋਣਾ ਬਹੁਤ ਜ਼ਰੂਰੀ ਹੈ, ਤਾਂ ਫਿਰ ਹੀ ਉਹ ਉਸ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਨਾਲ ਰਨ ਕਰ ਸਕਦੇ ਨੇ ਔਰ ਇਸ ਦਾ ਪੂਰਾ ਲਾਭ ਪ੍ਰਾਪਤ ਕਰ ਸਕਦੇ ਨੇ, ਇਹ ਕਹਿੰਦਾ ਉਹ। ਹੁਣ ਮੈਂ ਇੱਕ ਗੱਲ ਕਰਨੀ ਹੈ ਤੀਸਰੇ ਪਾਤਸ਼ਾਹ ਦੀ। ਇਹ ਸਾਰੇ ਸਟੇਟਮੈਂਟ ਜਿਵੇਂ 5, 7, 10 ਲੀਡਰਸ ਦੇ ਪੜ੍ਹਾਂ, ਅਮਰੀਕਾ ਦਾ ਪ੍ਰੈਜ਼ੀਡੈਂਟ ਓਰਾਕ ਓਬਾਮਾ, ਬੁਸ਼, ਜਦੋਂ ਵਿਸਾਖੀ ਦੇ ਦਾ ਸਮਾਗਮ ਹੁੰਦਾ ਕੀ ਕਹਿੰਦੇ ਨੇ, ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਕੀ ਕਹਿੰਦਾ ਹੈ, ਦੂਸਰੇ ਲੋਕ ਕੀ ਕਹਿੰਦੇ ਨੇ, ਟਰੂਡੋ ਕੋਲੋਂ ਤੁਸੀਂ ਹੁਣੇ ਹੀ ਪਿੱਛੇ ਸੁਣ ਚੁੱਕੇ ਹੋ ਸਾਰਾ ਕੁਛ ਇਤਿਹਾਸ ਪੜ੍ਹਾਂ, ਤਾਂ ਲੱਗਦਾ ਹੈ ਕਿ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਫਿੱਟ ਹੋ ਜਾਂਦੇ ਹਾਂ, ਉੱਥੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸਾਡੇ ਉੱਤੇ, ਇੰਨਾ ਹੀ ਐਗਰੈਸ਼ਨ ਲੈ ਕੇ ਜਾਂਦੇ ਹਾਂ, ਇਸ ਤੋਂ ਵੱਧ ਲੈ ਕੇ ਜਾਂਦੇ ਹਾਂ, ਬਲਕਿ ਜਿਹੜੇ ਜ਼ਿਆਦਾ ਐਗਰੈਸਿਵ ਹੁੰਦੇ ਆ ਉਹ ਜਾਂਦੇ ਆ ਬਾਹਰ, ਉੱਥੇ ਬੜੇ ਆਰਾਮ ਨਾਲ ਫਿੱਟ ਹੋ ਜਾਂਦੀ ਹੈ ਔਰ ਬੜੇ ਆਰਾਮ ਨਾਲ ਉਹ ਆਪਣਾ ਜੀਵਨ ਗੁਜ਼ਾਰਦੇ ਆ ਔਰ ਬੜਾ ਮਾਣ ਸਤਿਕਾਰ ਉਹਨਾਂ ਦਾ ਬਣਿਆ ਹੋਇਆ। ਚੰਦ ਲੋਕ ਹਨ 12,000 ਆਸਟ੍ਰੇਲੀਆ ਦੇ ਵਿੱਚ ਸਨ ਪਿੱਛੇ ਜੇ, ਹੁਣ 20,000 ਹੋ ਗਏ ਹੋਣਗੇ, ਇੰਨੇ ਕੁ ਜਰਮਨੀ ਦੇ ਵਿੱਚ, ਇੰਨੇ ਕੁ ਇੱਥੇ, ਇੰਨੇ ਕੁ ਉੱਥੇ, ਔਰ ਹਰ ਜਗ੍ਹਾ ਉਹ ਮਾਣ ਸਤਿਕਾਰ ਦੇ ਪ੍ਰਾਪਤ ਕਰਦੇ ਨੇ। 4 ਮਿਨਿਸਟਰ ਬਣੀ ਬੈਠੇ ਕੈਨੇਡਾ ਦੇ ਵਿੱਚ, ਇਹ ਕੀ ਗੱਲ ਹੈ, ਇਸ ਦੇ ਬਾਰੇ ਇਸ ਦਾ ਰਾਜ ਕੀ ਹੈ? ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਇਹ ਅਚਰਜ ਦੇਖੋ ਮੇਰੇ ਹਰ ਕਾ, ਜੋ ਸਤਿਗੁਰ ਨੂੰ ਮੰਨੇ ਸੋ ਸਭਨਾ ਪਾਵੇ। ਜਿਸਨੇ ਗੁਰੂ ਦੀ ਸਿੱਖਿਆ ਨੂੰ ਪ੍ਰਵਾਨ ਕਰ ਲਿਆ ਉਹ ਹਰ ਇੱਕ ਸਮਾਜ ਦੇ ਵਿੱਚ ਸਤਿਕਾਰ ਪਾਉਣ ਦੇ ਕਾਬਲ ਹੋ ਜਾਂਦਾ ਹੈ, ਸਭਨਾ ਪਾਵੇ। ਅਤੇ ਹੁਣ ਅਸੀਂ ਇਸ ਦੇ ਪਿੱਛੇ ਇਹ ਕੀ ਸਿੱਖਿਆ ਸੀ ਗੁਰੂ ਨਾਨਕ ਦੀ, ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਹੈ। ਮੈਂ ਪਹਿਲਾਂ ਗੁਰੂ ਨਾਨਕ ਦੀ ਸਿੱਖੀ ਦਾ ਬਿਰਦ ਜਾਣਨ ਵਾਸਤੇ ਸਿੱਖੀ ਦੇ ਆਦਰਸ਼ ਮਨੁੱਖ ਵੱਲ ਦੇਖਣਾ ਪਏਗਾ। ਕਿਸੇ ਵੀ ਸਮਾਜ ਦਾ, ਕਿਸੇ ਧਰਮ ਦਾ ਜਦੋਂ ਅਸੀਂ ਮੁਲਾਂਕਣ ਕਰਨ ਲੱਗਦੇ ਹਾਂ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਆਖਰੀ ਮਨੁੱਖ ਜਿਹੜਾ ਇਹ ਧਰਮ ਤਸੱਵਰ ਕਰਦਾ ਹੈ ਉਹ ਕੀ ਚੀਜ਼ ਹੈ, ਕਿਸ ਤਰ੍ਹਾਂ ਦਾ ਹੈ, ਕੀ ਕਰਦਾ ਉਹ ਮਨੁੱਖ, ਔਰ ਉਸ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਕਿਸ ਤਰ੍ਹਾਂ ਦਾ ਧਰਮ ਹੈ, ਇਹ ਕਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਪਰਿਵਰਤਨ ਲਿਆਉਣ ਦੇ ਕਾਬਲ ਹੈ ਜਾਂ ਨਹੀਂ ਲਿਆਉਣ ਦੇ ਕਾਬਲ। ਤਾਂ ਗੁਰੂ ਨਾਨਕ ਦਾ ਇਨਕਲਾਬ ਕੀ ਸੀ, ਗੁਰੂ ਨਾਨਕ ਦਾ ਰੱਬ ਕਿਹੋ ਜਿਹਾ ਹੈ, ਇਸ ਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰਨੀ ਬਣਦੀ ਹੈ। ਗੁਰੂ ਸਾਹਿਬ ਫਰਮਾਉਂਦੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਇੱਕ ਤਾਂ ਬਾਪ ਹੈ ਸਾਰਿਆਂ ਦਾ, ਸਾਂਝਾ ਸਾਹਿਬ ਸਾਰੀ ਦੁਨੀਆ ਦਾ ਇੱਕੋ ਹੀ ਰੱਬ ਹੈ, ਸਭ ਦਾ ਸਾਂਝਾ ਹੈ ਔਰ ਸਭ ਦਾ ਬਾਪ ਹੈ, ਨਿਰਭਉ ਹੈ, ਨਿਰਵੈਰ ਹੈ ਔਰ ਪ੍ਰਤਿਪਾਲਕ ਹੈ, ਉਹ ਸਾਰਿਆਂ ਦੀ ਰੱਖਿਆ ਕਰਦਾ ਹੈ, ਉਹਨਾਂ ਨੂੰ ਬੱਚੇ ਵਾਂਗੂ ਪਾਲਦਾ ਹੈ, ਉਹ ਸਭ ਦਾ ਰਾਖਾ ਹੈ ਅਤੇ ਘੱਟ ਘੱਟ ਵਾਸੀ ਸਰਵ ਨਿਵਾਸੀ ਹਰ ਇੱਕ ਦੇ ਵਿੱਚ ਅੰਦਰ ਵੱਸ ਰਿਹਾ ਹੈ। ਇਹ ਗੁਰੂ ਨਾਨਕ ਦਾ ਉਪਦੇਸ਼ ਹੈ, ਇਹ ਮੂਲ ਮੰਤਰ ਦੇ ਵਿੱਚ ਵੀ ਸੰਪੂਰਨ ਹੋ ਜਾਂਦਾ ਹੈ ਅਤੇ ਬਾਕੀ ਬਾਣੀ ਦੇ ਵਿੱਚ ਤਾਂ ਤੁਸੀਂ ਆਪ ਪੜ੍ਹਦੇ ਹੀ ਹੋ ਰੋਜ਼। ਗੁਰੂ ਨਾਨਕ ਨੇ ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਪ੍ਰਚਾਰਨ ਵਾਸਤੇ 4 ਉਦਾਸੀਆਂ ਲਈਆਂ, ਸਾਰੇ ਸੰਸਾਰ ਦੇ ਉੱਤੇ ਘੁੰਮੇ। ਕੋਈ ਪ੍ਰੋਫਿਟ ਨਹੀਂ ਦੁਨੀਆ ਦਾ ਜਿਹੜਾ ਕਿ ਜਿਸਨੇ ਇੰਨਾ ਟਰੈਵਲ ਕੀਤਾ ਹੋਵੇ। ਗੁਰੂ ਨਾਨਕ ਨੇ ਕਿਉਂ ਕੀਤਾ? ਕੁਛ ਪ੍ਰੋਫਿਟ ਕਹਿੰਦੇ ਸਨ ਕਿ ਮੈਂ ਤਾਂ ਇਸ ਕਬੀਲੇ ਵਾਸਤੇ ਆਇਆ, ਇਹਨਾਂ ਦੇ ਵਿੱਚ ਮੇਰਾ ਪ੍ਰਚਾਰ ਕਰਨਾ ਫਰਜ਼ ਹੈ, ਔਰ ਉਹਨਾਂ ਦਾ ਸਾਰਾ ਜੀਵਨ
एक 25-50 मील दे एरिया दे विच बीत गया लेकिन ये हजारा मील उस समय दे मुश्किल झागदा होया हर जगह पहुंचया क्यों क्योंकि ये चाहते सी इन्हों का लकब सी जगत गुरु इन्हों सारे संसार का फिक्र सी इन्हों थोड़ा नहीं कल्यां दा इन्हों पाकिस्तानियों का पाकिस्तान वालों का नहीं दूसरों का नहीं ये रोम भी गए मक्के भी गए हर जगह के उत्ते जाके इन्होंने जो उन्होंने जो उन्होंने समझिया कि मेरे को परमात्मा का संदेश है जिस तरह नाल ये धर्म इंप्रूव कर सकता है जिस चीज़ को छड़ के वो उन्होंने उत्ते जाके प्रचारी हर धर्म स्थान नाल सांझ पाई ऐसा मनुख जो सारे धर्मां दे मनुखां नू जाने अपना जाने ना को बैरी ना ही बगाना सगल संघ हमको बनाई ये प्रचारन वास्ते ऐसे मनुख नू डिवेलप करन वास्ते गुरु नानक गए तो इस करके उन्होंने जगत गुरु का लकब धारण किया मक्के दे विच कहिंदे सन लोक खुदा का घर है गुरु नानक कहिंदा है ये जग सच्चे की है कोठड़ी सच्चे का विश्वास भाई सारा ही संसार जड़ा है ये खुदा दे विच परमात्मा दे विच पार ब्रह्म अकाल पुरख दे विच ज्यों रहा है और ये उस सारा उसका रूप है तुसी सिर्फ एक जगह नूं जानदे हो कि इत्थे ही खुदा रहिंदा है तो इस दे नाल मनुखी मन दे विच जड़ा उलार पैदा हुंदा है भ्रांति पैदा हुंदी है वो मनुखता दे वास्ते घातक है गुरु नानक ने उस नूं रिमूव करन दी कोशिश की फिर मक्के दे काजी नूं अखीर दे उत्ते कहना पै गया एक पोथी जड़ी के सैयद प्रतपाल सिंह ने उत्थे मक्के दे विच पढ़ी सी और उन्होंने ट्रांसलेट भी की सी उस दे विच उसने वो कहिंदे ने कि मक्के दे काजी ने कहा खुदा दे लोको तुसी रोज़ कहिंदे सी कि मक्का खुदा दा घर है अज खुदा खुद चल के मक्के दे विच आया आओ दर्शन करो ये उत्थे उसने मीनार दे उत्ते चढ़ के कहा जिस वास्ते उसनू अखीर दे विच संसार होना पिया यानी कि ऐसी पावरफुल गुरु नानक दी मिशन सी और ऐसा पावरफुल उसका स्टेटमेंट सी कि जिसनू परमात्मा दे नाल एक मिक होया जानना जरूरी सी और परमात्मा दे रूप समझ के ही वह संसार उन्होंने नाल डील करता रहा हुण गुरु ने लंगर प्रथा चालू की थी। लंगर कीर्तन दी प्रथा चालू की थी। किरत करन दी प्रथा चालू की थी। कीर्तन का की उद्देश सी ये आपां देख लिया ये मनधीर जी दस चुके हैं थानू उन्होंने ऐसे असूल प्रचारे जो संसार दे विच उस वेले किते भी नहीं सन पहला तो यही ले लो कि परमात्मा सब दा संज है किसी धर्म दे विच किसी संसार दे खिते दे विच ये असूल मौजूद नहीं सी कि परमात्मा सब दा संज है सारे कहिंदे सन मेरा रब है ये रब इस रब दे नाल जैलसी करदा है इस दे जिहड़े चेले हनगे मेरे चेले बनन नहीं तो ये जिहड़े चेले हनगे इन्हां दे नाल मेरी दुश्मनी है सो वैर विरोध आपस दे विच फैलाउंदा सी ये वैर विरोध गुरु नानक ने खत्म किया और सारे धर्मां नूं दस्या सारे लोगों दस्या कि रब एक है और इस तरह का है कि सारयां दा संझ है फिर मनुखरी मनुखी बराबरी का संकल्प जिहड़ा है ये संसार दे विच किते नहीं सी गुरु नानक दे समय लेकिन गुरु नानक ने इस नूं प्रचारिया और दस्या कि सारे मनुख बराबर ही नहीं बल्कि आपस दे विच गूढ़े संबंध रखते हैं एक परमात्मा दे विच निवास रखते हैं और आपस दे विच भाई भाई हैं और ये जिहड़ी मनुखी बराबरी का संकल्प और औरत मर्द बराबरी का संकल्प ये दोनों गल्लां इन्होंने सैनेट दे विच भी कही हैं कि ये जिहड़े संकल्प बन गए ये साढ़े सारे नोबल जिहड़े सेंटीमेंट सन गए समाज के उन्होंने नाल मेल जोल खाते हैं गुरु नानक कहिंदे ने रोम गए तो उत्थे उन्होंने पोप नूं पुछया तुसीं तां कहिंदे हो कि सारे परमात्मा ने बंदे बनाए न ते फिर तुसीं इत्थे दासता क्यों रखी हुई है स्लेवरी क्यों रखी हुई है पोप ते स्लेव क्यों हनगे चर्च स्लेव्स क्यों रखता है सर्फ्स नूं क्यों एक्सप्लॉयट करता है ये सारा कुछ उन्होंने जाके उस नूं पोप नूं पुछया
ਯਾਨੀ ਕਿ ਇਹ ਸਾਰੀਆਂ ਗੱਲਾਂ ਉਸ ਵੇਲੇ ਦੇ ਸੰਸਾਰ ਦੇ ਵਿੱਚ ਕਿਸੇ ਧਰਮ ਦੇ ਵਿੱਚ ਕਿਤੇ ਵੀ ਨਹੀਂ ਸਨ। ਇਹ ਪਹਿਲੀ ਵਾਰੀ ਸੰਸਾਰ ਦੇ ਤਖ਼ਤੇ ਦੇ ਉੱਤੇ ਗੁਰੂ ਨਾਨਕ ਨੇ ਪ੍ਰਗਟ ਕੀਤੀਆਂ। ਹੁਣ ਇੱਕ ਸੰਕਲਪ ਹੋਰ, ਇਹ ਜਿਹੜਾ ਦਾਸਤਾਂ ਦਾ ਸੰਕਲਪ ਹੈ, ਸਲੇਵਰੀ ਦਾ ਸੰਕਲਪ ਹੈ, ਇਹ ਹਿੰਦੁਸਤਾਨ ਦੇ ਵਿੱਚ ਵੀ ਪ੍ਰਚਲਿਤ ਸੀ। ਤੁਸੀਂ ਦੇਖਿਆ ਹੋਏਗਾ ਜਿਹੜਾ ਉਹ ਇੱਕ ਮਹਾਂਭਾਰਤ ਡਰਾਮਾ ਸੀ, ਉਸ ਦੇ ਵਿੱਚ ਜਿਸ ਦਿਨ ਉਹ ਦ੍ਰੌਪਦੀ ਦਾ ਦੀ ਬੇਪਤੀ ਕਰਦੇ ਨੇ ਕੌਰਵ, ਅਤੇ ਉਸ ਦਿਨ ਉਹ ਪਾਂਡਵ ਬੜੇ ਗੁੱਸੇ ਦੇ ਵਿੱਚ ਬੈਠੇ ਨੇ, ਉਹ ਵਾਰ ਵਾਰ ਉਹ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇੰਟਰਵੀਨ ਕਰੀਏ, ਤਾਂ ਉਹ ਦੁਰਯੋਧਨ ਵਾਰ ਵਾਰ ਕਹਿੰਦਾ ਬੈਠ ਜਾਓ, ਤੁਸੀਂ ਮੇਰੇ ਦਾਸ ਹੋ, ਤੁਹਾਡਾ ਕੋਈ ਅਧਿਕਾਰ ਨਹੀਂ। ਸੋ ਇਹ ਦਾਸ ਪ੍ਰਥਾ ਦੇ ਇੱਥੇ ਪ੍ਰਚਲਿਤ ਵੀ ਸੀ, ਅਤੇ ਔਰ ਇਸ ਦੇ ਬੜੇ ਅੱਛੀ ਤਰ੍ਹਾਂ ਨਾਲ ਉਹਨਾਂ ਨੇ ਨਿਯਮ ਵਗੈਰਾ ਤੈਅ ਕੀਤੇ ਹੋਏ ਸਨ। ਜਿਹੜਾ ਹੋਰ ਇੱਕ ਸੰਕਲਪ ਗੁਰੂ ਨਾਨਕ ਨੇ ਦਿੱਤਾ ਉਹ ਸੀ ਕਿ ਤਖ਼ਤ ਬਹੇ ਅਦਲੀ ਪ੍ਰਭਾਵ ਪੇ, ਉਹ ਪਰਮਾਤਮਾ ਹੀ ਤਖ਼ਤ ਦੇ ਉੱਤੇ ਬਹਿ ਕੇ ਨਿਆਂ ਕਰਦਾ। ਜਿਹੜਾ ਨਿਆਂ ਹੈ ਇਹ ਇੱਕ ਦੈਵੀ ਸ਼ਕਤੀ ਹੈ ਔਰ ਪਰਮਾਤਮਾ ਦੇ ਸੁਭਾਅ ਦੇ ਨਾਲ ਮੇਲ ਖਾਂਦੀ ਹੈ। ਇਹ ਜਿਹੜਾ ਨਿਆਂ ਹੈ ਹਰ ਇੱਕ ਦੇ ਨਾਲ ਹੋਣਾ ਚਾਹੀਦਾ। ਹੁਣ ਇਹਨਾਂ ਗੱਲਾਂ ਨੂੰ ਕਹਿਣ ਤੋਂ ਬਾਅਦ ਜਿਹੜੇ ਸਾਰੇ ਪੰਜਾਬ ਦੇ ਵਿੱਚ ਜਾਂ ਸਿੱਖ ਜਿਸ ਦਾ ਧਰਮ ਦੀ ਗੱਲ ਕੀਤੀ ਹੈ, ਪੰਥ ਦੀ ਗੱਲ ਕੀਤੀ ਹੈ ਮਨਤੀਰ ਹੋਰਾਂ ਨੇ, ਅਤੇ ਇੱਥੇ ਮਹਿਬੂਬ ਸਾਹਿਬ ਦੀ ਕਵਿਤਾ ਦੇ ਵਿੱਚ ਗੱਲ ਹੋਈ ਹੈ, ਇਹ ਸਾਰੇ ਲੋਕ ਜਿਹੜੇ ਹਨਗੇ ਇਹ ਇਹਨਾਂ ਅਸੂਲਾਂ ਦੇ ਧਾਰਨੀ ਬਣ ਕੇ ਸੰਸਾਰ ਦੇ ਸਾਹਮਣੇ ਪ੍ਰਗਟ ਹੁੰਦੇ ਨੇ। ਹੁਣ ਜਿਸ ਵੇਲੇ ਇਹ ਇਹਨਾਂ ਅਸੂਲਾਂ ਨੂੰ ਲੈ ਕੇ ਚੱਲਦੇ ਨੇ, ਤਾਂ ਜਿਹੜੇ ਸਮਾਜ ਦੇ ਵਿੱਚ ਇਹਨਾਂ ਅਸੂਲਾਂ ਦਾ ਮਾਣ ਤਾਣ ਹੈ, ਜਿਹੜੇ ਸਮਾਜ ਦੇ ਵਿੱਚ ਇਹਨਾਂ ਅਸੂਲਾਂ ਨੂੰ ਮਾਨਵਤਾ ਦਾ ਤੁਰਾਅ ਜਾਣਿਆ ਜਾਂਦਾ ਹੈ, ਜਿਹੜੇ ਸਮਾਜ ਦੇ ਵਿੱਚ ਇਹਨਾਂ ਨੂੰ ਤਰੱਕੀ ਦਾ ਸਾਧਨ ਸਮਝਿਆ ਜਾਂਦਾ ਹੈ ਔਰ ਤਰੱਕੀ ਦਾ ਰਾਹ ਸਮਝਿਆ ਜਾਂਦਾ ਹੈ, ਜਿਹੜਾ ਪੰਥ ਹੈ, ਪੰਥ ਵੀ ਇੱਕ ਰਾਹ ਹੈ, ਤਾਂ ਤਰੱਕੀ ਦਾ ਰਾਹ ਸਮਝਿਆ ਜਾਂਦਾ ਹੈ, ਉੱਥੇ ਉੱਥੇ ਅੱਜ ਜਿਵੇਂ ਤੁਸੀਂ ਦੇਖਿਆ ਇਹਨਾਂ ਦੇ ਸਟੇਟਮੈਂਟਸ ਤੋਂ, ਇੰਡੀਆਨਾ ਦੇ ਸਟੇਟ ਤੋਂ ਸੈਨੇਟ ਦੀ ਰੈਜ਼ੋਲੂਸ਼ਨ ਤੋਂ, ਉੱਥੇ ਇਹਨਾਂ ਦਾ ਬੜਾ ਮਾਣ ਤਾਣ ਹੁੰਦਾ, ਉੱਥੇ ਸਾਰੇ ਕਹਿੰਦੇ ਆ ਠੀਕ ਹਨਗੇ। ਪਰ ਹੁਣ ਇੱਕ ਅੜਚਨ ਆ ਜਾਂਦੀ ਹੈ ਇੱਥੇ ਤੁਹਾਡੇ ਆਪਣੇ ਭਾਰਤ ਦੇ ਵਿੱਚ, ਉਹ ਇਹ ਹੈ ਕਿ ਜੇ ਅਸੀਂ 1913-14 ਦੀ ਗੱਲ ਕਰੀਏ, 15 ਦੀ ਗੱਲ ਕਰੀਏ, ਤਾਂ ਡੀ ਪੈਟਰੀ ਇੱਕ ਹੁੰਦਾ ਸੀ, ਸੈਂਟਰਲ ਇੰਟੈਲੀਜੈਂਸ ਦਾ ਡਿਪਟੀ ਡਾਇਰੈਕਟਰ ਸੀ, ਉਸਨੇ ਇੱਕ ਰਿਪੋਰਟ ਲਿਖੀ ਹੈ ਕਿ ਸਿੱਖਾਂ ਦੇ ਅਤੇ ਬਾਕੀ ਲੋਕਾਂ ਦੇ ਆਪਸ ਦੇ ਵਿੱਚ ਕੀ ਰਿਲੇਸ਼ਨ ਸਨ, ਔਰ ਉਹ ਦੱਸਦਾ ਹੈ ਕਿ ਸਾਰਿਆਂ ਦੀ ਕੋਸ਼ਿਸ਼, ਸਾਰੇ ਸਮਾਜ ਦੀ ਕੋਸ਼ਿਸ਼ ਇਹ ਹੈ ਕਿ ਸਿੱਖਾਂ ਨੂੰ ਸਿੱਖੀ ਤੋਂ ਥੜਕਾਇਆ ਜਾਵੇ, ਇਹਨਾਂ ਦਾ ਜਿਹੜਾ ਜਿਹੜੇ ਅਸੂਲ ਹਨ ਉਹ ਉਹਨਾਂ ਨੂੰ ਅੱਛੇ ਨਹੀਂ ਲੱਗਦੇ। ਇੱਕ ਇਸ ਤੋਂ ਵੀ ਪਿਛਾਂ ਚਲੇ ਜਾਈਏ 1850-60 ਦੇ ਵਿੱਚ, ਤਾਂ ਅੰਗਰੇਜ਼ ਰਾਈਟਰ ਕਈ ਸਾਰੇ ਜਿਹੜੇ ਬਾਅਦ ਇੱਥੇ ਪੰਜਾਬ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ, ਇੱਕ ਲਿਖਦਾ ਹੈ ਕਿ ਇਹ ਸਿੱਖੀ ਦੇ ਅਸੂਲ ਇਸ ਤਰ੍ਹਾਂ ਦੇ ਹਨ ਕਿ ਜੇ ਇਹ ਪ੍ਰਚਲਿਤ, ਜਿੱਥੇ ਇਹ ਪ੍ਰਚਲਿਤ ਹੁੰਦੇ ਨੇ ਉੱਥੇ ਬ੍ਰਹਮਾ ਦਾ ਆਰਡੀਨੈਂਸ ਨਹੀਂ ਚੱਲਦਾ, ਜਿਹੜਾ ਪੁਰਾਣਾ ਦਸਤੂਰ ਚੱਲਿਆ ਆ ਰਿਹਾ ਉਹ 'ਤੇ ਨਹੀਂ ਚੱਲ ਸਕਦਾ। ਸੋ ਆਹ ਕੌਨਫਲਿਕਟ ਹੈ ਤੁਹਾਡੀ। ਹੁਣ ਇਸ ਕੌਨਫਲਿਕਟ ਨੂੰ ਐਕਸਪਲੋਇਟ ਕਰਦੇ ਨੇ ਜਿਵੇਂ ਮਨਤੀਰ ਹੋਰਾਂ ਨੇ ਦੱਸਿਆ, ਇਹ ਲੋਕ ਜਿਹੜੇ ਸਿਆਸਤਦਾਨ ਹਨਗੇ, ਜਿਹੜੇ ਕਵੀ ਅਤੇ ਇਹ ਗਾਣੇ ਗਾਉਣ ਵਾਲੇ ਹਨਗੇ। ਜਦੋਂ ਵਿਦਿਆਰਥੀ ਸੀ ਮੈਂ, ਛੋਟੀ ਜਮਾਤ ਦੇ ਵਿੱਚ ਪੜ੍ਹਦਾ ਸੀ ਸਕੂਲ ਦੇ ਵਿੱਚ, ਉਦੋਂ ਲਾਹੌਰ ਦੇ ਵਿੱਚ ਇੱਕ ਆਲਮ ਲਾਹੌਰ ਹੁੰਦਾ ਸੀ। ਮੈਨੂੰ ਯਾਦ ਹੈ ਕਿ ਉਸ ਵੇਲੇ ਬਹੁਤ ਸਾਰੇ ਲੋਕ ਇੱਥੇ ਆਏ ਸਨ ਔਰ ਕਈ ਲੋਕ ਸਟੂਡੀਓਜ਼ ਸਥਾਪਿਤ ਕਰ ਰਹੇ ਸਨ, ਆ CDs ਅਤੇ ਇਹਨਾਂ ਨੂੰ ਪ੍ਰਚਾਰਨ ਵਾਸਤੇ ਲੋਕਾਂ ਦੇ ਵਿੱਚ ਜਾਰੀ ਕਰਨ ਵਾਸਤੇ। ਇਹਨਾਂ ਦੇ ਵਿੱਚੋਂ ਕਈ ਸਾਰੇ ਲੋਕ ਬੜੇ ਬੜੇ ਪੈਸੇ ਲੈ ਕੇ ਔਰ ਕਈ ਵੱਡੀਆਂ ਵੱਡੀਆਂ ਥਾਵਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੋਏ ਸਨ, ਕੁਝ ਸਟੂਡੀਓ ਅੱਜ ਵੀ ਚੱਲ ਰਹੇ ਨੇ ਇਹਨਾਂ ਲੀਹਾਂ ਦੇ ਉੱਤੇ। ਸੋ ਇਹ ਲੋਕ ਸਨ ਜਿਹੜੇ ਕਿ ਇਹ ਪ੍ਰਚਾਰ ਕਰਨ ਵਾਸਤੇ ਔਰ ਇਹ ਜਿਹੜਾ ਸੀ ਗੁਰੂ ਨਾਨਕ ਦਾ ਸੰਦੇਸ਼, ਇਸ ਨੂੰ ਮਿਟਾਉਣ ਦੇ ਵਿੱਚ ਜੋ ਚੱਲਦੀ ਆ ਰਹੀ ਪ੍ਰਥਾ ਸੀ 1913 ਦੇ ਵਿੱਚ, ਜਿਸ ਦਾ ਜ਼ਿਕਰ ਡੀ ਪੈਟਰੀ ਕਰਦਾ ਹੈ ਔਰ ਬਾਕੀ ਲੋਕ ਕਰਦੇ ਹਨ, ਉਹ ਉੱਥੇ ਖਤਮ ਕਰਨ ਵਾਸਤੇ ਇੱਕ ਤਹੀਆ ਕੀਤਾ ਜਾ ਰਿਹਾ ਸੀ। ਹੁਣ
ਇਸ ਦਾ ਕਾਰਨ ਕੀ ਹੈ? ਜਦੋਂ ਤੱਕ ਤਾਂ ਇਹ ਚੱਲਦਾ ਰਿਹਾ, ਪਹਿਲਾਂ ਚੱਲਦਾ ਰਿਹਾ, ਉਹ ਤਾਂ ਇਹ ਸੀ ਕਿ ਜੀ ਆਪਸ ਦੇ ਵਿੱਚ ਖੁਣ ਸਹਿ ਕੁਛ ਹੁਣ, ਇਸ ਦੇ ਵਿੱਚ ਜ਼ਿਆਦਤੀਆਂ, ਧੱਕੇ, ਅਨਿਆਂ ਜੁੜ ਗਿਆ। ਜੇ ਅਨਿਆਂ ਦੀ ਗੱਲ ਕਰੀਏ ਤਾਂ ਮੈਨੂੰ ਸੁਪਰੀਮ ਕੋਰਟ ਦਾ ਇੱਕ ਕੇਸ ਯਾਦ ਹੈ, ਜਿਸ ਕੇਸ ਦੇ ਵਿੱਚ ਇੱਕ ਆਦਮੀ ਨੂੰ ਮਾਰ ਦਿੱਤਾ ਗਿਆ ਔਰ ਕਿਹਾ ਗਿਆ ਕਿ ਇਹ ਹਥਿਆਰਬੰਦ ਇਨਕਲਾਬ ਲਿਆਉਣਾ ਚਾਹੁੰਦਾ ਸੀ, ਇਸ ਦੇ ਕੋਲ ਹਥਿਆਰ ਸਨ, ਪੁਲਿਸ ਵਾਲੇ ਇਸ ਨੂੰ ਮਿਲੇ ਰਾਹ ਦੇ ਵਿੱਚ, ਇਸਨੇ ਮੁਕਾਬਲਾ ਕੀਤਾ ਔਰ ਉਹ ਉਸ ਤੋਂ ਬਾਅਦ ਪਾਕਿਸਤਾਨ ਵੱਲ ਨੂੰ ਭੱਜ ਗਿਆ, ਪੁਲਿਸ ਵਾਲਿਆਂ ਨੇ ਗੋਲੀ ਮਾਰੀ, ਉੱਧਰ ਜਾ ਕੇ ਮਰ ਗਿਆ ਅਤੇ ਪਤਾ ਨਹੀਂ ਇਸ ਦੀ ਲਾਸ਼ ਕਿੱਧਰ ਗਈ, ਕੀ ਹੋਇਆ। ਇਹ ਇਸ ਤਰ੍ਹਾਂ ਦੀ ਕਹਾਣੀ ਸੀ। ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ ਇਸ ਦੇ ਵਿੱਚ ਕੋਈ ਇਨਕੁਆਇਰੀ ਹੋਵੇ, ਸੈਸ਼ਨ ਜੱਜ ਦੀ ਇਨਕੁਆਇਰੀ ਹੋਈ। ਸੈਸ਼ਨ ਜੱਜ ਨੇ ਇੱਕ ਰਿਪੋਰਟ ਲਿਖੀ, ਉਸਨੇ ਦੱਸਿਆ ਕਿ ਇਹ ਪੁਲਿਸ ਵਾਲਿਆਂ ਨੇ ਇਸ ਨੂੰ ਇਸ ਤਰ੍ਹਾਂ ਫੜ ਕੇ ਅਤੇ ਜੇਲ੍ਹ ਦੇ ਵਿੱਚ ਰੱਖ ਕੇ ਇੰਨੇ ਦਿਨ ਅਤੇ ਇਸ ਤਰ੍ਹਾਂ ਮਾਰਿਆ। ਉਹ ਰਿਪੋਰਟ ਜਿਸ ਵੇਲੇ ਸੁਪਰੀਮ ਕੋਰਟ ਦੇ ਫੁੱਲ ਬੈਂਚ ਕੋਲ ਪਹੁੰਚੀ, ਚੀਫ ਜਸਟਿਸ ਨੇ ਖੋਲ੍ਹੀ ਅਤੇ ਉਹ ਕਹਿੰਦਾ ਇਹਦੇ ਵਿੱਚ ਤਾਂ ਕੁਛ ਨਹੀਂ ਲਿਖਿਆ ਹੋਇਆ, ਕਿਸੇ ਦੇ ਉੱਤੇ ਕੋਈ ਇਲਜ਼ਾਮ ਨਹੀਂ ਪੁਲਿਸ ਦੇ ਉੱਤੇ ਆਉਂਦਾ, ਸੋ ਕੇਸ ਬੰਦ ਕਰਦੇ ਹਾਂ ਅਤੇ ਇਹ ਜਿਹੜੀ ਰਿਪੋਰਟ ਆਈ ਹੈ ਇਸ ਨੂੰ ਬੰਦ ਕਰ ਦਿੱਤਾ ਜਾਵੇ, ਸੀਲ ਕਰ ਦਿੱਤਾ ਜਾਵੇ ਔਰ ਕਦੇ ਖੋਲ੍ਹਿਆ ਨਾ ਜਾਵੇ। ਉਹ ਰਿਪੋਰਟ 'ਤੇ ਸੀਲ ਕਰਕੇ ਰੱਖਤੀ। 12 ਸਾਲ ਬੀਤ ਗਏ, ਉਹ 12 ਸਾਲ ਤੋਂ ਬਾਅਦ ਕਾਨੂੰਨ ਹੈ ਕਿ ਤੁਸੀਂ ਜੇ ਕੋਈ ਬੰਦਾ ਮਰ ਚੁੱਕਿਆ ਤਾਂ ਉਸਦੀ ਜਿਹੜੀ ਵਿਰਾਸਤ ਹੋ ਜਾਣੀ ਚਾਹੀਦੀ ਹੈ। ਸਿਵਲ ਲਾਅ ਦੇ ਵਿੱਚ ਹਾਈ ਕੋਰਟ ਦੇ ਵਿੱਚ ਕਿਸੇ ਨੇ ਦਰਖਾਸਤ ਪਾਈ ਕਿ ਸਾਨੂੰ ਤੁਸੀਂ ਉਹ ਰਿਪੋਰਟ ਦਿਖਾਓ, ਅਸੀਂ ਆਪਣੇ ਵਾਰਸਾਂ ਦੇ ਨਾਲ ਜ਼ਮੀਨ ਵਗੈਰਾ ਕਰਨੀ ਹੈ। ਅਤੇ ਸੁਪਰੀਮ ਕੋਰਟ ਦੇ ਵਿੱਚ ਉਹ ਕਿਉਂਕਿ ਸਿਵਲ ਲਾਅ ਦੇ ਵਿੱਚ ਸੀ, ਉਹ ਖਿਆਲ ਨਾ ਰਿਹਾ ਵੀ ਕਿਸ ਤਰ੍ਹਾਂ ਇਹਨੂੰ ਸੀਕ੍ਰੇਟ ਰੱਖਣਾ ਜਾਂ ਕੀ ਕਰਨਾ। ਜਦੋਂ ਉਹ ਰਿਪੋਰਟ ਸਾਹਮਣੇ ਆਈ ਤਾਂ ਉਸੇ ਸਾਫ਼ ਲਿਖਿਆ ਸੀ ਕਿ ਪੁਲਿਸ ਵਾਲਿਆਂ ਨੇ ਮਾਰਿਆ ਹੋਇਆ। ਸੋ ਇੱਕ ਚੀਫ ਜਸਟਿਸ ਹੈ, ਮੈਂ ਇਹ ਇੱਕ ਐਕਸਟ੍ਰੀਮ ਇਗਜ਼ਾਮਪਲ ਲਿਆ, ਇਸ ਤਰ੍ਹਾਂ ਦੇ 15-10 ਹੋਰ ਵੀ ਮੇਰੇ ਕੋਲ ਹਨਗੇ। ਇਹ ਐਕਸਟ੍ਰੀਮ ਇਗਜ਼ਾਮਪਲ ਹੈ ਕਿ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੋਵੇ ਔਰ ਇੱਕ ਮਰਡਰ ਨੂੰ ਪ੍ਰੋਟੈਕਟ ਕਰੇ, ਐਵੀਡੈਂਸ ਡਿਸਟਰੋਏ ਕਰੇ ਔਰ ਉਹ ਝੂਠ ਨੂੰ, ਅਨਿਆਂ ਨੂੰ ਅਦਾਲਤ ਦਾ ਫੈਸਲਾ ਦੱਸੇ। ਇਸ ਤਰ੍ਹਾਂ ਦਾ ਅਨਿਆਂ ਇਹਨਾਂ ਲੋਕਾਂ ਦੇ ਨਾਲ ਹੋਇਆ ਜਿਨ੍ਹਾਂ ਦੇ ਭਾਈ ਭੈਣ ਅੱਜ ਗੈਂਗਸਟਰ ਬਣ ਕੇ ਤੁਹਾਡੇ ਸਾਹਮਣੇ ਹੋਣਗੇ। ਉਹਨਾਂ ਨੂੰ ਨਾ ਆਪਣੇ ਧਰਮ ਮਹਿਫੂਜ਼ ਲੱਗਦਾ ਹੈ, ਨਾ ਆਪਣਾ ਸੱਭਿਆਚਾਰ ਮਹਿਫੂਜ਼ ਲੱਗਦਾ ਹੈ। ਸੱਭਿਆਚਾਰ ਉਹ ਹੈ ਜਿਹੜਾ ਗੁਰੂ ਨਾਨਕ ਨੇ ਪ੍ਰਚਾਰਿਆ, ਸੱਭੇ ਸਾਂਝੀ ਵਾਲਸਦਾ ਹੈ। ਉਹ ਸੱਭਿਆਚਾਰ ਉਹਨਾਂ ਨੂੰ ਸੇਫ ਨਹੀਂ ਲੱਗਦਾ। ਉਹਨਾਂ ਦੇ ਮਨਾਂ ਦੇ ਵਿੱਚ ਕੀ ਬੀਤਦਾ ਹੈ? ਇੱਕ ਗੈਂਗਸਟਰ ਦੀ ਕਵਿਤਾ ਆਈ ਹੈ ਇਸ ਦੇ ਉੱਤੇ, ਜਿਹਨੂੰ ਗੈਂਗਸਟਰ ਕਹਿੰਦੇ ਨੇ, ਉਸ ਦੀ ਕਵਿਤਾ ਆਈ ਹੈ ਔਰ ਉਸਦਾ ਬਿਆਨ ਵੀ ਆਇਆ ਸੋਸ਼ਲ ਮੀਡੀਆ ਦੇ ਉੱਤੇ, ਉਹ ਤੁਸੀਂ ਪੜ੍ਹ ਲਿਓ। ਉਹ ਤੁਹਾਨੂੰ ਦੱਸਦਾ ਕਿ ਕੀ ਕਾਰਨ ਹੈ ਉਸਦੇ ਗੈਂਗਸਟਰ ਬਣਨ ਦਾ। ਸੋ ਇਹ ਜਿਹੜਾ ਇਹਨਾਂ ਦਾ ਸੀ ਸਾਰਾ ਕੁਛ, ਉਹਨਾਂ ਨੂੰ ਥ੍ਰੈਟਨ ਹੋਇਆ ਲੱਗਦਾ। ਫਿਰ ਜਿਹੜਾ ਢਾਂਚਾ ਬਣਿਆ ਹੋਇਆ ਸਰਕਾਰ ਦਾ, ਆਰਥਿਕ ਢਾਂਚਾ ਬਣਿਆ ਹੋਇਆ, ਇਹ ਅਨਿਆਂਕਾਰੀ ਢਾਂਚਾ ਹੈ। ਇਸ ਅਨਿਆਂਕਾਰੀ ਢਾਂਚੇ ਦੇ ਵਿੱਚ ਜਿਹੜਾ ਕਿਸਾਨ ਹੈ ਉਸਨੂੰ ਆਪਣੀ ਫਸਲ ਦਾ ਮੁੱਲ ਨਹੀਂ ਮਿਲਦਾ, ਉਸਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਔਰ ਇਸ ਹੱਦ ਤੱਕ ਐਕਸਪਲੋਇਟ ਕੀਤਾ ਜਾਂਦਾ ਹੈ ਕਿ ਉਹ ਅੱਜ ਆਤਮ ਹੱਤਿਆ ਕਰਨ ਦੇ ਉੱਤੇ ਮਜਬੂਰ ਹੈ। ਇੱਥੇ ਮੇਰੇ ਕੋਲ ਰਿਪੋਰਟ ਹੈ ਜਿਹਦੇ ਵਿੱਚ ਕਹਿੰਦੇ ਨੇ ਕਿ ਪਿਛਲੇ ਬੀਤੇ 4 ਮਹੀਨਿਆਂ ਵਿੱਚ ਮਾਲਵਾ ਦੇ 90 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹ ਇੱਕ ਨਿਸ਼ਚਿਤਤਾ ਦਾ, ਇਹ ਇੱਕ ਬੇਬਸੀ ਦਾ ਆਲਮ ਲੋਕਾਂ ਉੱਤੇ ਛਾਇਆ ਹੋਇਆ। ਤੀਸਰੀ ਗੱਲ ਜਿਹੜੀ ਇਹ ਕਹਿੰਦੇ ਨੇ, ਮਨਧੀਰ ਨੇ ਕਿਹਾ ਕਿ ਜੀ ਇਹ ਲੋਕ ਸਿਆਸਤ ਦੇ ਵਿੱਚ ਆਪਣਾ ਪ੍ਰਭਾਵ ਨਹੀਂ ਪਾ ਸਕੇ ਜਾਂ ਕਰ ਨਹੀਂ ਰਹੇ, ਇਹਨਾਂ ਦੀ ਪੁੱਛਗਿੱਛ ਨਹੀਂ ਹੈ ਅਤੇ ਇਸ ਕਰਕੇ ਇਹ ਆਪਣਾ ਨਾਮ ਬਣਾਉਣ ਵਾਸਤੇ ਜਾਂ ਆਪਣੇ ਕੁਛ ਸਿਆਸੀ ਤੌਰ ਦੇ ਉੱਤੇ ਮਸ਼ਹੂਰ ਹੋਣ ਵਾਸਤੇ ਇਹੋ ਜਿਹਾ ਕੁਛ ਕਰਦੇ ਨੇ। ਇਹੋ ਜਿਹੇ ਲੋਕਾਂ ਨੂੰ ਮੈਂ ਜਾਣਦਾ, ਇੱਕ ਦੋ ਨੂੰ। ਰੌਕੀ ਸੀ ਫਾਜ਼ਿਲਕਾ ਦਾ, ਉਹ ਮੇਰੇ ਇਲਾਕੇ ਦਾ ਬੰਦਾ ਸੀ,
ਇਲੈਕਸ਼ਨ ਦੇ ਵਾਸਤੇ ਖੜਾ ਹੋਇਆ ਔਰ ਤਕਰੀਬਨ ਜਿੱਤ ਗਏ। ਕਿਸੇ ਨੇ ਉਸ ਦਾ ਪ੍ਰੋਪਾਗੈਂਡਾ ਨਹੀਂ ਕੀਤਾ, ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਲੇਕਿਨ ਵੱਡੇ ਵੱਡੇ ਦਿੱਗਜ ਲੋਕਾਂ ਦੇ ਔਰ ਕਾਂਗਰਸ ਨੂੰ ਉਸਨੇ ਹਰਾਤਾ, ਲੇਕਿਨ ਉਹ ਵੱਡੇ ਵੱਡੇ ਦਿੱਗਜ ਲੋਕਾਂ ਦੇ ਬਰਖਿਲਾਫ ਖੜਾ ਹੋਇਆ ਔਰ ਤਕਰੀਬਨ ਜਿੱਤ ਗਿਆ ਸੀ। ਜੇ ਕਿਤੇ ਉਹ ਖੜਾ ਨਾ ਹੁੰਦਾ ਤਾਂ ਕਾਂਗਰਸ ਨੇ ਜਿੱਤ ਜਾਣਾ ਸੀ ਉਸ ਇਲਾਕੇ ਦੇ ਵਿੱਚ। ਇਸੇ ਤਰ੍ਹਾਂ ਹੀ ਡਿੰਪੀ ਨੂੰ ਮੈਂ ਜਾਣਦਾ ਸੀ, ਜਿਹੜਾ ਬਾਅਦ ਦੇ ਵਿੱਚ ਇੱਥੇ ਮਾਰਿਆ ਗਿਆ ਵਿਚਾਰਾ। ਇਹਨਾਂ ਇਹ ਬੜੇ ਭਲੇ ਲੋਕ ਸਨ। ਇਹਨਾਂ ਦੇ ਵਿੱਚ ਜੇ ਤੁਸੀਂ ਇਹਨਾਂ ਨੂੰ ਮਿਲਦੇ ਤਾਂ ਤੁਸੀਂ ਕਹਿੰਦੇ ਕਿ ਇਹ ਬਹੁਤ ਅੱਛੇ ਇਨਸਾਨ ਹਨ, ਇਹਨਾਂ ਦੇ ਵਿੱਚ ਕੋਈ ਨੁਕਸ ਨਹੀਂ। ਤਾਂ ਇਹ ਬੇਬਸੀਆਂ, ਮਜ਼ਬੂਰੀਆਂ ਔਰ ਇਹ ਧੱਕਾ, ਇਹ ਅਨਿਆ, ਇਹ ਜ਼ੁਲਮ, ਜਿਸ ਨੂੰ ਦੇਖੋ ਫੜ ਕੇ ਗੋਲੀ ਮਾਰ ਦਿਓ, ਕਹੋ ਜੀ ਇਨਕਾਊਂਟਰ ਹੋ ਗਿਆ, ਔਰ ਉਸ ਇਨਕਾਊਂਟਰ ਦੇ ਉੱਤੇ ਪਰਦੇ ਪਾਉਣ ਵਾਸਤੇ ਸਾਰਾ ਸੰਸਾਰ ਤਤਪਰ ਹੋਵੇ, ਪੈਰਾਂ ਭਾਰ ਹੋਇਆ ਹੋਵੇ, ਸਾਰਾ ਨਿਜ਼ਾਮ ਅਤੇ ਪੈਰਾਂ ਭਾਰ ਹੋਈ ਹੋਵੇ, ਸੁਪਰੀਮ ਕੋਰਟ ਸਮੇਤ ਸਾਰੀ ਜੁਡੀਸ਼ਰੀ, ਤੁਸੀਂ ਕੀ ਭਾਲਦੇ ਹੋ ਇਹਨਾਂ ਲੋਕਾਂ ਕੋਲੋਂ? ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਲੱਭਦੇ ਹੋ? ਅੱਜ ਤੋਂ 50 ਸਾਲ ਪਹਿਲਾਂ ਮੈਂ ਇੱਥੇ ਵਿਦਿਆਰਥੀ ਸੀ, ਇਤਿਹਾਸਿਕ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਮੈਂ ਵਿਦਿਆਰਥੀ ਸੀ। ਵਿਦਿਆਰਥੀਆਂ ਨੇ ਮਿਲ ਕੇ ਸੋਚਿਆ, ਉਸ ਵੇਲੇ ਵੀ ਫੈਡਰੇਸ਼ਨ ਇੱਥੇ ਕਿਸੇ ਕਿਸਮ ਦੀ ਚੱਲਦੀ ਸੀ, ਕਿ ਸਰਦਾਰ ਕਪੂਰ ਸਿੰਘ ਨੂੰ ਬੁਲਾਇਆ ਜਾਵੇ। ਅਸੀਂ ਸਰਦਾਰ ਕਪੂਰ ਸਿੰਘ ਨੂੰ ਬੁਲਾਇਆ ਲੈਕਚਰ ਦੇਣ ਵਾਸਤੇ। ਅੱਜ ਥੋੜ੍ਹਾ ਜਿਹਾ ਫਰਕ ਹੈ ਉਸ ਸਮੇਂ ਨਾਲੋਂ ਕਿ ਸਾਨੂੰ ਇਹ ਹੌਲ ਮਿਲਿਆ ਹੋਇਆ ਬੈਠ ਕੇ ਗੱਲ ਕਰਨ ਨੂੰ। ਅਸੀਂ ਸਾਰੇ ਉਸ ਵੇਲੇ ਗਾਂਧੀ ਭਵਨ ਦੇ ਵਿੱਚ ਇੱਕ ਹੌਲ ਹੁੰਦਾ ਸੀ, ਹੁਣ ਵੀ ਹੋਣਾ, ਅਤੇ ਹੋਰ ਜਗ੍ਹਾ ਦੇ ਉੱਤੇ ਵੀ ਕਈ ਸਾਰੀ ਜਗ੍ਹਾ ਸਨ ਜਿਹੜੇ ਆਡੀਟੋਰੀਅਮ ਇੱਥੇ ਵੀ ਸੀ, ਹੋਰ ਵੀ ਇੰਗਲਿਸ਼ ਡਿਪਾਰਟਮੈਂਟ ਦੇ ਨਾਲ ਸੀ, ਲੇਕਿਨ ਸਾਨੂੰ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਫਿਰ ਅਸੀਂ ਆ ਜਿਹੜੀ ਤੁਹਾਡੀ ਬਾਹਰ ਲੋਨ ਹੈ ਇਸ ਦੇ ਵਿੱਚ ਖੜ੍ਹੇ ਹੋ ਕੇ ਸਰਦਾਰ ਸਾਹਿਬ ਨੇ ਲੈਕਚਰ ਦਿੱਤਾ, ਅਸੀਂ ਸਾਰਿਆਂ ਨੇ ਬੈਠ ਕੇ ਸੁਣਿਆ। ਉਸ ਲੈਕਚਰ ਦੀ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ। ਉਹ ਕਹਿੰਦੇ ਕਿ ਜਿਹੜੇ ਨੌਜਵਾਨਾਂ ਨੂੰ ਤੁਸੀਂ ਲੋਕ ਅਦਨਾ, ਬੇਕਾਰ ਔਰ ਦੁਸ਼ਮਣ ਜਾਣ ਕੇ ਮਾਰ ਰਹੇ ਹੋ, ਤੁਹਾਡੇ ਦੋਸਤ ਹਨਗੇ, ਇਹਨਾਂ ਦੇ ਨਾਲ ਦੁਰਵਿਵਹਾਰ ਨਾ ਕਰੋ। ਜੇ ਤੁਸੀਂ ਸਮਝਦੇ ਹੋ ਕਿ ਇਹ ਤੁਹਾਡੇ ਡਰ ਨਾਲ, ਤੁਹਾਡੇ ਇਸ ਤਰ੍ਹਾਂ ਦੇ ਵਿਵਹਾਰ ਨਾਲ ਇਹ ਸਿੱਖੀ ਛੱਡ ਦੇਣਗੇ, ਜੇ ਤੁਸੀਂ ਇਹਨਾਂ ਕੋਲੋਂ ਸਿੱਖੀ ਛਡਾਉਣ ਵਿੱਚ ਕਾਮਯਾਬ ਹੋ ਗਏ, ਤਾਂ ਫਿਰ ਇਹ ਇਸ ਸਮਾਜ ਦੇ ਮੁੰਨੇ ਸਲੇਵ ਨਹੀਂ ਬਣਨਗੇ, ਫਿਰ ਇਹ ਗੈਂਗਸਟਰ ਬਣਨਗੇ, ਜਿਸ ਦੀ ਅੱਜ ਪਰਿਭਾਸ਼ਾ ਆਪਾਂ ਦੇਖ ਰਹੇ ਹਾਂ। ਜੋ ਅੱਜ ਦੀ ਪਰਿਭਾਸ਼ਾ ਦੇ ਅਨੁਸਾਰ ਜਿਹੜਾ ਲਫ਼ਜ਼ ਉਹਨਾਂ ਨੇ ਵਰਤਿਆ ਸੀ ਉਹ ਇਹ ਸੀ ਕਿ ਇਸ ਤਰ੍ਹਾਂ ਦੇ ਲੋਕ ਇਹ ਬਣਨਗੇ, ਕਿਉਂਕਿ ਤੁਸੀਂ ਹੁਣ ਆਪਾਂ ਗੁਰੂ ਨਾਨਕ ਦੇ ਉਪਦੇਸ਼ ਦਾ ਰੈਲੀਵੈਂਸ ਦੇ ਵਿੱਚ ਦੇਖੀਏ, ਅਗਰੈਸ਼ਨ ਸਾਡੇ ਵਿੱਚ ਬੜਾ ਸੀ। ਅਸੀਂ ਲੋਕ ਹਰ ਇੱਕ ਅਹਿਮਦ ਸ਼ਾਹ ਅਬਦਾਲੀ ਤੋਂ ਤੱਕ, ਅਲੈਗਜ਼ੈਂਡਰ ਤੋਂ ਲੈ ਕੇ ਉਸ ਤੋਂ ਪਹਿਲਾਂ ਦੇ ਜਿਹੜੇ ਕੁਸ਼ਾਣ ਆਏ, ਹੋਰ ਆਏ, ਸਾਰਿਆਂ ਦੇ ਨਾਲ ਲੜਕੇ, ਸਾਡੇ ਵਿੱਚ ਵੀ ਅਗਰੈਸ਼ਨ ਬਹੁਤ ਸੀ, ਲੇਕਿਨ ਉਸ ਅਗਰੈਸ਼ਨ ਨੂੰ ਚੈਨਲਾਈਜ਼ ਕੀਤਾ ਗੁਰੂ ਨਾਨਕ ਨੇ। ਕਿਸ ਚੀਜ਼ ਦੇ ਨਾਲ? ਆਪਣੀ ਬਾਣੀ ਦੇ ਨਾਲ, ਆਪਣੇ ਸਰਬ ਸਾਂਝੇ ਉਪਦੇਸ਼ ਦੇ ਨਾਲ। ਇਸ ਸੰਸਾਰ ਦੇ ਵਿੱਚ ਔਰੰਗਜ਼ੇਬ ਨਹੀਂ ਚੱਲੇਗਾ, ਤੁਸੀਂ ਬਣਾਓ ਔਰੰਗਜ਼ੇਬ, ਚਾਹੇ ਹਿੰਦੂ ਔਰੰਗਜ਼ੇਬ ਹੋਵੇ, ਚਾਹੇ ਮੁਸਲਮਾਨ ਔਰੰਗਜ਼ੇਬ ਹੋਵੇ, ਚਾਹੇ ਕੋਈ ਸਿੱਖ ਔਰੰਗਜ਼ੇਬ ਹੋਵੇ, ਨਹੀਂ ਚੱਲੇਗਾ। ਇਹ ਗੁਰੂ ਨਾਨਕ ਦਾ ਜਿਹੜਾ ਫਲਸਫਾ ਹੈ, ਇਸ ਦਾ ਜ਼ਾਮਨ ਹੈ ਕਿ ਇੱਥੇ ਸਰਬ ਸਾਂਝੀਵਾਲਤਾ ਚੱਲੇਗੀ, ਔਰ ਸਾਰੇ ਸੰਸਾਰ ਦਾ ਇਹ ਜਿਹੜਾ ਅਸਲੀ ਟੀਚਾ ਹੈ ਉਹ ਸਰਬ ਸਾਂਝੀਵਾਲਤਾ ਹੈ। ਉਹ ਕਾਲਿਆਂ ਦੇ ਵਿਰੁੱਧ ਨਫ਼ਰਤ ਨਹੀਂ, ਉਹ ਮੂਲ ਵਾਸੀਆਂ ਦੇ ਵਿਰੁੱਧ ਨਫ਼ਰਤ ਨਹੀਂ, ਉਹ ਗਾਂ ਦੇ ਪਿੱਛੇ ਬੰਦੇ ਮਾਰਨ ਦੀ ਨੀਤੀ ਨਹੀਂ ਅਪਣਾ ਸਕਦੇ। ਤੁਸੀਂ ਔਰੰਗਜ਼ੇਬ ਬਣ ਕੇ ਇਸ ਸਮਾਜ ਨੂੰ ਡਿਸਟਰੋਏ ਕਰੋਗੇ, ਤੁਸੀਂ ਇਸ ਸਮਾਜ ਦੀ ਤਰੱਕੀ ਨਹੀਂ ਕਰ ਸਕਦੇ। ਇਹ ਸਾਰੇ ਸੰਸਾਰ ਦਾ ਸੁਨੇਹਾ ਹੈ ਔਰ ਸਾਰੇ ਸੰਸਾਰ ਦੀ ਰੀਤ ਹੈ, ਅਤੇ ਇੱਥੇ ਜਿਹੜੀ ਚੱਲ ਰਹੀ ਹੈ, ਇਸ ਕਰਕੇ ਇਹ ਲੋਕ ਇਸ ਤਰ੍ਹਾਂ ਦੇ ਇੱਥੇ ਪੈਦਾ ਹੋ ਰਹੇ ਨੇ। ਇਹ ਮੇਰਾ ਆਪਣਾ ਵਿਚਾਰ ਹੈ। ਹੁਣ ਮੈਂ ਵਿਦਿਆਰਥੀਆਂ ਨਾਲ ਇੱਕ ਗੱਲ ਕਰਨੀ ਹੈ ਕਿ ਤੁਸੀਂ ਕੀ ਕਰਨਾ। ਤੁਸੀਂ ਬਿਲਕੁਲ ਭੜਕਾਟ ਦੇ ਵਿੱਚ ਨਹੀਂ ਆਉਣਾ, ਇਹ ਬਿਲਕੁਲ ਅਗਿਆਨੀ ਔਰ ਚਿਰੇ ਰਹਿਣ ਵਾਲੇ ਲੋਕਾਂ ਦਾ ਇਹ ਅਪਰੋਚ ਹੈ। ਇਸ ਦੇ ਵਿੱਚ ਤੁਸੀਂ ਨਹੀਂ ਆਉਣਾ। ਤੁਸੀਂ ਗੁਰੂ ਨਾਨਕ ਦੇ ਸੱਭਿਆਚਾਰ ਨੂੰ, ਸਿੱਖੀ ਦੇ ਸੱਭਿਆਚਾਰ ਨੂੰ ਕੱਸ ਕੇ ਫੜੀ ਰੱਖੋ,
ਕਹਿੰਦੇ ਨੇ ਮਹਾਤਮਾ ਬੁੱਧ ਨੂੰ ਅੰਤ ਸਮੇਂ ਪੁੱਛਣ ਲੱਗੇ ਕਿ ਮਹਾਰਾਜ ਕੋਈ ਅੰਤਿਮ ਉਪਦੇਸ਼ ਦਿਓ। ਕਹਿਣ ਲੱਗੇ ਉਪਦੇਸ਼ ਤਾਂ ਉਹੀ ਹੈ ਜੋ ਸਾਰੀ ਉਮਰ ਦਿੱਤਾ ਹੈ, ਲੇਕਿਨ ਸੱਚ ਨੂੰ ਇਸ ਤਰ੍ਹਾਂ ਫੜ ਕੇ ਰਹੋ ਜਿਸ ਤਰ੍ਹਾਂ ਦੀਵੇ ਦੀ ਲਾਟ ਬੱਤੀ ਨੂੰ ਫੜ ਕੇ ਰਹਿੰਦੀ ਹੈ। ਜਿੰਨੀ ਦੇਰ ਉਹ ਜਿਉਂਦੀ ਹੈ ਉਨੀ ਦੇਰ ਉਹ ਜਿਉਂਦਾ ਹੈ। ਸੋ ਇਹ ਜਿਹੜਾ ਸੱਚ ਹੈ ਗੁਰੂ ਨਾਨਕ ਦਾ, ਇਸ ਨੂੰ ਕੱਸ ਕੇ ਪਕੜ ਕੇ ਰੱਖੋ। ਇਹ ਸਭ ਤੋਂ ਪਹਿਲਾ ਐਂਟੀਡੋਟ ਹੈ ਇਸ ਦਾ, ਜਿਹੜਾ ਗੈਂਗਸਟਰ ਸਿਸਟਮ ਜਾਂ ਜੋ ਵੀ ਅਨਿਆਂਕਾਰੀ ਸਿਸਟਮ ਸੰਸਾਰ ਦੇ ਉੱਤੇ ਹੈ, ਸਭ ਦਾ ਐਂਟੀਡੋਟ ਇਹ ਹੈ ਸੱਚ। ਔਰ ਉਸ ਤੋਂ ਬਾਅਦ ਇਸ ਦੇ ਵਿੱਚ ਕੀ ਜ਼ਰੂਰੀ ਹੈ, ਪਕੜ ਕੇ ਰੱਖਣ ਦੀ ਕੀ ਨਿਸ਼ਾਨੀ ਹੈ, ਇੱਕ ਕਿੱਸਾਧਾਰੀ ਸਰੂਪ ਜ਼ਰੂਰੀ ਹੈ, ਗੁਰੂ ਨਾਨਕ ਦੇ ਫਲਸਫੇ ਨੂੰ ਸਮਝਣਾ ਜ਼ਰੂਰੀ ਹੈ, ਗੁਰਬਾਣੀ ਦੀਆਂ ਕਦਰਾਂ ਕੀਮਤਾਂ ਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਕਿਸੇ ਇੱਕ ਧਰਮ ਦੀਆਂ ਨਹੀਂ, ਉਹ ਸਾਰੇ ਸੰਸਾਰ ਵਾਸਤੇ ਸਾਂਝੀਆਂ ਹਨ, ਤਾਂ ਸਾਰੇ ਸੰਸਾਰ ਦੇ ਵਿੱਚ ਅੱਜ ਮਾਣ ਤਾਣ ਹੈ। ਔਰ ਇਹ ਇੱਕ, ਇਸ ਦਾ ਇਨਾਮ ਕੀ ਹੈ, ਇਸ ਦਾ ਇਨਾਮ ਜਿਹੜਾ ਹੈ ਉਹ ਜਿਹੜੇ ਆਪਣੀ ਮਤ ਦੇ ਵਿੱਚ ਰਤਨ ਜਵਾਹਰ ਮਾਣਕ ਹਨਗੇ ਉਹ ਪ੍ਰਗਟ ਹੁੰਦੇ ਨੇ, ਇਸ ਦਾ ਆਪਣੇ ਆਪ ਦੇ ਵਿੱਚ ਹੀ ਇਨਾਮ ਮਿਲ ਜਾਂਦਾ ਸਾਨੂੰ। ਸੋ ਕਿਸੇ ਦੀ ਪਰਵਾਹ ਨਾ ਕਰੋ, ਸਿੱਖੀ ਦੇ ਨਾਲ ਜੁੜ ਕੇ ਰਹੋ ਔਰ ਇਸ ਦੀਆਂ ਕਦਰਾਂ ਕੀਮਤਾਂ ਨੂੰ ਅਪਣਾਓ। ਇਹ ਗੈਂਗਸਟਰਿਜ਼ਮ, ਇਹ ਅਨਿਆਂਕਾਰੀ ਸਮਾਜ, ਇਹ ਸਾਰੇ ਕਾਸੇ ਦਾ ਐਂਟੀਡੋਟ ਸਿਰਫ ਸਿੱਖੀ ਦੀਆਂ ਕਦਰਾਂ ਕੀਮਤਾਂ ਹਨ। ਦੂਸਰਾ, ਆਪਣੇ ਆਪ ਨੂੰ ਜਥੇਬੰਦ ਢਾਂਚੇ ਦੇ ਵਿੱਚ ਢਾਲੋ। ਇਹੀ ਗੱਲ ਸਰਦਾਰ ਨੇ ਸਾਨੂੰ ਕਹੀ ਸੀ ਉਸ ਵੇਲੇ 50 ਸਾਲ ਪਹਿਲਾਂ। ਔਰ ਇਸ ਢਾਂਚੇ ਦੇ ਵਿੱਚ ਢਾਲ ਕੇ ਆਪਣੇ ਆਪ ਨੂੰ ਸਮਾਜਿਕ, ਆਰਥਿਕ ਔਰ ਸਿਆਸੀ ਸ਼ਕਤੀ ਹਾਸਲ ਕਰੋ। ਇਹ ਸਿਆਸੀ ਸ਼ਕਤੀ ਦੇ ਉੱਤੇ ਦੱਸ ਚੁੱਕੇ ਨੇ, ਇੱਥੇ ਵਿਦਿਆਰਥੀ ਵੀ ਕਹਿ ਚੁੱਕੇ ਨੇ, ਮੰਤਰੀ ਵੀ ਦੱਸ ਚੁੱਕੇ ਨੇ ਕਿ ਐਸੇ ਲੋਕ ਕਾਬਜ਼ ਹੋ ਗਏ ਨੇ ਜਿਹੜੇ ਕਿ ਆਪਣੇ ਬੱਚਿਆਂ ਨੂੰ ਮਰਵਾ ਕੇ ਔਰ ਆਪਣੇ ਚੰਦ ਪੈਸੇ ਔਰ ਚੰਦ ਜ਼ਮੀਨ ਦੇ ਟੁਕੜੇ ਇਕੱਠੇ ਕਰਨ ਦੇ ਵਿੱਚ ਆਪਣੀ ਸ਼ਾਨ ਸਮਝਦੇ ਨੇ, ਇਸ ਨੂੰ ਸਿਆਸਤ ਸਮਝਦੇ ਨੇ। ਸੋ ਸਿਆਸਤ ਬੁਰੇ ਲੋਕਾਂ ਦੇ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ, ਭਲੇ ਲੋਕਾਂ ਦੇ ਹੱਥ ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਲੋਕ ਜਿਹੜੇ ਸਰਬ ਸਾਂਝੀ ਵਾਲਤਾ ਨੂੰ ਅਪਣਾਏ ਹੋਣ, ਉਹਨਾਂ ਦੇ ਹੱਥ ਦੇ ਵਿੱਚ ਸਿਆਸਤ ਹੋਣੀ ਚਾਹੀਦੀ ਹੈ। ਉਹ ਸਿਆਸਤ ਨੂੰ ਅਤੇ ਸਿਆਸਤ ਉੱਤੇ ਕਬਜ਼ਾ ਕਰੋ। ਮੈਨੂੰ ਇਹ ਵਿਦਿਆਰਥੀ ਜਿਹੜੇ ਪਿੱਛੇ ਹੋਏ ਨੇ, ਇਹਨਾਂ ਦੇ ਉੱਤੇ ਇਤਰਾਜ਼ ਇਹ ਵੀ ਸੀ, ਜਿਹੜੇ ਉਹ ਵਿਚਾਲੇ ਗੈਪ ਦੇ ਵਿੱਚ ਆਏ ਸੰਘਰਸ਼ ਦੇ ਦੌਰਾਨ, ਇਹਨਾਂ ਨੇ ਵਾਰ ਵਾਰ ਇਲੈਕਸ਼ਨ ਦਾ ਬਾਈਕਾਟ ਕਰਕੇ ਲੋਕਾਂ ਨੂੰ ਸਿਆਸਤ ਤੋਂ ਬਾਹਰ ਰੱਖਿਆ। ਨਤੀਜਾ ਇਹ ਹੈ ਕਿ ਅੱਜ ਉਹਨਾਂ ਦੇ ਹਾਣ ਦਾ ਜਾਂ ਉਹ ਸੰਘਰਸ਼ ਕਰਨ ਵਾਲੇ ਲੋਕ ਜਿਨ੍ਹਾਂ ਨੇ ਖੂਨ ਡੋਲਵੀਂ ਲੜਾਈ ਲੜੀ ਸੀ, ਜਿਨ੍ਹਾਂ ਨੇ ਕਿਸ ਤਰ੍ਹਾਂ ਦੇ ਕਤਲ ਔਰ ਤਸ਼ੱਦਦ ਸਹੇ ਸਨ, ਉਹਨਾਂ ਲੋਕਾਂ ਦੇ ਵਿੱਚੋਂ ਰਿਪ੍ਰਜੈਂਟ ਕਰਨ ਵਾਲਾ ਕੋਈ ਵੀ ਸਿਆਸਤ ਦੇ ਵਿੱਚ ਮੌਜੂਦ ਨਹੀਂ ਹੈ। ਜੇ ਕਿਤੇ ਬਾਈਕਆਊਟ ਨਾ ਕਰਦੇ, ਇਹ ਬਾਗਡੋਰ ਸੰਭਾਲਦੇ ਸਿਆਸਤ ਦੀ, ਗੁਰੂ ਨਾਨਕ ਦੇ ਅਸੂਲ ਨੂੰ ਲਾਗੂ ਕਰਦੇ, ਸਾਰਿਆਂ ਦਾ ਦਿਲ ਜਿੱਤਦੇ ਔਰ ਸਾਰਿਆਂ ਦਾ ਦਿਲ ਜਿੱਤ ਕੇ ਉਸੇ ਤਰ੍ਹਾਂ ਹੀ ਰਾਜ ਕਰਦੇ ਜਿਵੇਂ ਕੈਨੇਡਾ ਦੇ ਵਿੱਚ ਅੱਜ 4 ਮੰਤਰੀ ਕਰ ਰਹੇ ਨੇ, ਉਸੇ ਤਰ੍ਹਾਂ ਹੀ ਰਾਜ ਕਰਦੇ ਜਿਵੇਂ ਰਣਜੀਤ ਸਿੰਘ ਨੂੰ ਸਾਰੇ ਹਿੰਦੂ ਸਿੱਖ ਮੁਸਲਮਾਨਾਂ ਨੇ ਮਿਲ ਕੇ ਲਾਹੌਰ ਦੇ ਵਿੱਚ ਬੁਲਾਇਆ ਸੀ, ਔਰ ਜਿਹੜੇ ਉਹ ਬੁਲਾਉਣ ਵਾਲੇ ਸਨ ਉਹਨਾਂ ਦੇ ਵਿੱਚ ਜ਼ਿਆਦਾ ਤਾਦਾਦ ਮੁਸਲਮਾਨਾਂ ਦੀ ਸੀ ਅਤੇ ਸਿੱਖਾਂ ਦੀ ਘੱਟ ਸੀ, ਸਿੱਖ ਤਾਂ ਹੈ ਹੀ ਨਹੀਂ ਸਨ, ਹਿੰਦੂਆਂ ਦੀ ਘੱਟ ਸੀ। ਯਾਨੀ ਕਿ ਇਹ ਅਸੂਲ ਦੇ ਉੱਤੇ ਇੱਕ ਰਾਜਨੀਤੀ ਸਿਰਜੋ ਔਰ ਉਹ ਅਸੂਲ ਸਰਬ ਸਾਂਝਾ ਅਸੂਲ ਹੈ, ਉਸ ਦੇ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ। ਜਿਹੜਾ ਇਹਨਾਂ ਨੇ ਇਹ ਉਸ ਵੇਲੇ ਰਾਜਨੀਤੀ ਦੇ ਵਿੱਚ ਸ਼ਕਤੀ ਹਾਸਲ ਨਾ ਕੀਤੀ, ਉਹ ਅੱਜ ਸਾਡੀ ਦੁਸ਼ਮਣ ਬਣ ਕੇ ਖੜ੍ਹੀ ਹੋਈ ਹੈ ਉਹ ਸਥਿਤੀ, ਔਰ ਇਸ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਗਵਾਉਣ ਵਾਸਤੇ ਮਜਬੂਰ ਹਾਂ। ਹੁਣ ਕੀ ਹੋਇਆ, ਕਾਨੂੰਨ ਲਾਗੂ ਨਹੀਂ ਹੋਏ, ਕਿਸੇ ਦੀ ਜਾਨ ਮਾਲ ਸੁਰੱਖਿਅਤ ਨਹੀਂ, ਇੱਜ਼ਤ ਮਹਿਫੂਜ਼ ਨਹੀਂ। 1984 ਦੇ ਕਤਲੇਆਮ ਦੇ ਕਈ ਦੌਰ ਇੱਥੇ, 1984 ਤੋਂ ਬਾਅਦ ਕਤਲੇਆਮ ਦੇ ਕਈ ਦੌਰ ਇੱਥੇ ਚੱਲ ਚੁੱਕੇ ਨੇ। ਧਾਰਮਿਕ ਸ਼ਹਿਰੀ ਆਜ਼ਾਦੀ ਕਾਇਮ ਰੱਖਣੀ ਨਿਜ਼ਾਮ ਦਾ ਸੁਭਾਅ ਨਹੀਂ, ਉਹ ਗੁਲਾਮ ਚਾਹੁੰਦੇ ਨੇ ਹਰ ਇੱਕ ਨੂੰ ਕਰਨਾ। ਧਾਰਮਿਕ ਕਿਰਤ ਕਰਨ ਦੇ ਸਾਧਨ ਮੁਹੱਈਆ ਕਰਨ ਦੇ
स्टेट काबल नहीं, जितों सारा फैमिली लाइफ चलनी है वो ये स्टेट नहीं दे सकता, सियासी आगू समाज का फिक्र छड़ के धन पदार्थ इकट्ठा करने की दौड़ में लगे हुए हैं। इन्हां सारयां नूं तुसीं मात देनी है और मात देनी है बेहद साऊ तरीके नाल। जिन्ना भी कोई भलामानस तरीका दुनिया के उत्ते आजाद हो सकता है वह गुरु नानक ने किया और गुरबाणी का प्रचार उन्होंने, देखो गुरु ग्रंथ साहब का सारा जिहड़ा स्ट्रक्चर है तुसीं देखिया है कि रागों के उत्ते आधारित है, सारी बाणी रागों के उत्ते आधारित है। जिहड़े अग्रेशन नूं वधाउण वास्ते इन्होंने रागों का दी सहायता ली है, उन्होंने रागों की सहायता लेके गुरु ने तुहाडे अग्रेशन नूं इस तरह चैलेंज किया है कि तुसीं संसार के भले वास्ते विचरो, तुसीं किसी भी नाल पक्षपात ना करो, अन्याय ना करो, धक्का ना करो, जुल्म ना करो। और ये जिहड़ा एंटीडोट है, यही एक एंटीडोट है जो साढ़े समाज वास्ते मुफीद है, जो बाकी दे समाज वास्ते मुफीद है, जो आने वाले समय का सुनेहा है, तो जिस दे उत्ते खड़ के असी संसार दे बराबर दे शहरी हर समाज दे विच बन सकते हैं, चाहे कितों का भी समाज होवे। गुरु दे बचन तीसरे पातशाह दे जिहड़े मैं कोट कीते हैं, तीन काल सच हन और सदा सच रहणगे। वाहिगुरू जी का खालसा, वाहिगुरू जी की फतह। Thank you.